ਸੋ ਦੋਸਤੋ, ਅੱਜ ਅਸੀਂ ਤੁਹਾਨੂੰ ਨਾ ਗਲੋ ਦੀ ਵੇਲ ਬਾਰੇ ਨੌਲੇਜ ਦਿੰਦੇ ਹਾਂ, ਜਾਣਕਾਰੀ ਦਿੰਦੇ ਹਾਂ। ਇੱਕ ਇਹੋ ਜਿਹੀ ਵੇਲ ਹੈ ਜਿਹੜੀ ਅਗਰ ਆਪਾਂ ਨੂੰ ਜ਼ਮੀਨ ਤੋਂ ਕੱਟ ਵੀ ਦਈਏ ਨਾ, ਇੱਥੋਂ ਕੱਟੀ ਹੋਈ ਹੈ ਜ਼ਮੀਨ ਤੋਂ, ਇਹਦੀ ਕਨੈਕਟੀਵਿਟੀ ਕੱਟ ਦਿੱਤੀ ਹੈ, ਲੇਕਿਨ ਫਿਰ ਵੀ ਆਪਣੀਆਂ ਨਾ ਜੜ੍ਹਾਂ ਛੱਡਣ ਲੱਗ ਜਾਂਦੀ ਜ਼ਮੀਨ ਵੱਲ ਨੂੰ। ਆਹ ਦੇਖੋ, ਇਹ ਜੜ੍ਹਾਂ ਛੱਡਣ ਲੱਗ ਗਈ ਹੈ ਕਿਉਂਕਿ ਇਹਨੂੰ ਇਨਵਾਇਰਮੈਂਟ 'ਚੋਂ ਵੀ ਅਗਰ ਕੁਛ ਨਿਊਟ੍ਰੀਸ਼ਨ ਮਿਲ ਜਾਂਦਾ ਜਾਂ ਕਿਸੇ ਪੇੜ ਦੇ ਉੱਤੇ ਚੜ੍ਹੀ ਹੋਈ ਤਾਂ ਉਸ ਪੇੜ ਤੋਂ ਹੀ ਇਹ ਜੋ ਵੀ ਇਹਨੂੰ ਜ਼ਰੂਰਤ ਹੁੰਦੀ ਹੈ, ਪਾਣੀ ਜਾਂ ਜੋ ਵੀ ਚਾਹੀਦਾ ਉਹ ਲੈ ਕੇ, ਅਤੇ ਇਹਨੇ ਆਪਣੀਆਂ ਜੜ੍ਹਾਂ ਛੱਡਣੀਆਂ ਸ਼ੁਰੂ ਕਰ ਦੇਣੀਆਂ ਜ਼ਮੀਨ ਵੱਲ। ਜਦੋਂ ਇਹ ਜ਼ਮੀਨ 'ਤੇ ਟੱਚ ਹੋਣੀਆਂ, ਦੁਬਾਰੇ ਇਹਨਾਂ ਨੇ ਐਕਟਿਵ ਹੋ ਜਾਣਾ ਔਰ ਇੱਥੇ ਇਹਨਾਂ ਦੀ ਜੜ੍ਹ ਬਣ ਜਾਣੀ ਹੈ। ਅਸੀਂ ਤੁਹਾਨੂੰ ਟੱਚ ਹੋਈਆਂ ਹੋਈਆਂ ਜੜ੍ਹਾਂ ਵੀ ਦਿਖਾਉਂਦੇ ਹਾਂ। ਆਹ ਤੁਸੀਂ ਦੇਖ ਸਕਦੇ ਹੋ, ਆਹ ਜੜ੍ਹਾਂ ਇਹਦੀਆਂ ਉੱਪਰੋਂ ਆਈਆਂ, ਬਰੀਕ ਬਰੀਕ ਜੜ੍ਹਾਂ ਹੁੰਦੀਆਂ, ਧਾਗੇ ਜਾਂਦੇ ਆ, ਇਹ ਜ਼ਮੀਨ ਨਾਲ ਟੱਚ ਹੋ ਚੁੱਕੀਆਂ। ਇੱਥੇ ਦਿਖਾਉਂਦੇ ਤੁਹਾਨੂੰ, ਇਹ ਜ਼ਮੀਨ ਨਾਲ ਟੱਚ ਹੋ ਗਈਆਂ, ਇਹਨਾਂ ਨੂੰ ਖਿੱਚ ਰਹੇ ਹਾਂ ਤਾਂ ਨਿਕਲ ਨਹੀਂ ਰਹੀਆਂ। ਆ ਨੇੜੇ ਕਰਕੇ ਦਿਖਾਵਾਂਗੇ, ਇਹਦੀਆਂ ਜੜ੍ਹਾਂ ਲੱਗੀਆਂ ਹੋਈਆਂ ਇਸ ਟਾਈਮ। ਆ ਗੋਬਿੰਦ ਜੀ ਦਿਖਾਇਓ, ਆ ਜੜ੍ਹਾਂ ਇਹਦੀਆਂ ਲੱਗ ਚੁੱਕੀਆਂ। ਤਾਂ ਇਹ ਬਹੁਤ ਹੀ ਪਾਵਰਫੁਲ ਵੇਲ ਹੁੰਦੀ ਹੈ, ਗਲੋ ਦੀ ਵੇਲ ਬੋਲਦੇ ਇਹਨੂੰ। ਇਹ ਵੇਲ ਤੁਸੀਂ ਕੱਟ ਕੇ 5 ਮਹੀਨਿਆਂ ਤੱਕ ਅਗਰ ਸੁੱਟ ਦਿਓ ਕਿਤੇ ਵੀ, ਉਸ ਤੋਂ ਬਾਅਦ ਇਹਨੂੰ ਨਵੀਂ ਮਿਲ ਜੇ ਤਾਂ ਦੁਬਾਰੇ ਐਕਟਿਵ ਹੋ ਜਾਂਦੀ, ਦੁਬਾਰੇ ਫੁਟਾਨ ਲੈ ਲੈਂਦੀ ਹੈ। ਇੱਥੋਂ ਇਹਦੀ ਜੜ੍ਹ ਸੀਗੀ ਜਿਹੜੀ, ਉਹ ਵੱਢ ਦਿੱਤੀ ਹੈ। ਇਸ ਦੀ ਮੇਨ ਜੜ੍ਹ ਇੱਥੇ ਸੀ, ਆਹ ਜੜ੍ਹਾਂ ਸੀ ਇਹਦੀਆਂ, ਇੱਥੇ ਥੱਲੇ ਟੱਚ ਸੀ ਇਸ ਥਾਂ 'ਤੇ। ਇੱਥੇ ਕਾਫੀ ਮੋਟਾ ਤਣਾ, ਇਹ ਪੇੜ ਦੇ ਉੱਤੇ ਜ਼ਿਆਦਾ ਵਜ਼ਨ ਹੋ ਗਿਆ ਜਾਂ ਕੀ ਕਾਰਨ ਸੀ, ਉਹਦੇ ਕਰਕੇ ਕੱਟ ਦਿੱਤੀ। ਔਰ ਆਹ ਥੱਲਿਓਂ ਵੀ ਦੁਬਾਰੇ ਐਕਟਿਵ ਹੋ ਰਹੀ ਹੈ, ਇਹਨੂੰ ਅਗਰ ਆਪਾਂ ਪੱਟ ਕੇ ਕਿਤੇ ਵੀ ਸੁੱਟ ਦਈਏ ਦੁਬਾਰੇ ਐਕਟਿਵ ਹੋ ਜਾਂਦੀ ਹੈ, ਇਹਨੂੰ ਬੋਲਦੇ ਗਲੋ ਦੀ ਵੇਲ। ਔਰ ਇਹ ਆਪਣੀਆਂ ਜੜ੍ਹਾਂ ਛੱਡਣ ਲੱਗ ਜਾਂਦੀ ਜ਼ਮੀਨ ਵੱਲ। ਆਹ ਦੇਖੋ, ਇਹਦੇ 'ਚੋਂ ਹਰ ਜਿੱਥੋਂ ਵੱਡੀ ਹੁੰਦੀ ਹੈ ਉੱਥੋਂ ਜੜ੍ਹਾਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ। ਇਹ ਬਿਨਾਂ ਪਾਣੀ ਤੋਂ, ਬਿਨਾਂ ਕਿਸੇ ਸਹਾਰੇ ਤੋਂ, ਇਹਨੂੰ ਬਸ ਅਗਰ ਕਿਤੇ ਵੀ ਪਈ ਹੈ, ਮਿੱਟੀ ਦੇ ਉੱਤੇ ਪਈ ਹੈ ਜਾਂ ਕਿੱਥੇ ਵੀ ਆਪਾਂ ਕਚਰੇ 'ਚ ਵੀ ਸੁੱਟਤੀ ਨਾ, ਉੱਥੋਂ ਵੀ ਅਗਰ ਇਹਨੂੰ ਨਵੀਂ ਮਿਲ ਗਈ ਤਾਂ ਉੱਥੋਂ ਇਹਨੇ ਆਪਣੀਆਂ ਜੜ੍ਹਾਂ ਔਰ ਪੱਤੇ ਕੱਢਣੇ ਸ਼ੁਰੂ ਕਰ ਦੇਣੇ। ਸੋ ਦੋਸਤੋ, ਜਾਣਕਾਰੀ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ। ਔਰ ਅੱਜ ਅਸੀਂ ਦਿਖਾਉਣ ਆਏ ਸੀ ਇੱਕ ਆਪਣੇ ਵਿਜੈਨਗਰ ਦੇ ਅੰਦਰ RCP ਕਲੋਨੀ 'ਚ ਇੱਕ ਟੀਮ ਐਕਟਿਵ ਹੋਈ ਹੈ, ਡਾਕਟਰ ਗੁਰਮੀਤ ਸਿੰਘ ਜੀ ਉਹਨਾਂ ਦੇ ਘਰ ਦੇ ਬੈਕ ਸਾਈਡ, ਕੁਆਟਰਾਂ ਦੇ ਬੈਕ ਸਾਈਡ ਜਿਹੜੀ ਜਗ੍ਹਾ ਪਈ ਹੁੰਦੀ ਖਾਲੀ, ਉੱਥੇ ਬਹੁਤ ਸਾਰੇ ਪੌਦੇ ਲੱਗੇ ਹੋਏ ਆ, ਇਹਨਾਂ ਨੇ ਬਹੁਤ ਕੇਅਰ ਕੀਤੀ ਹੈ। ਇਹਨਾਂ ਦੀ ਟੀਮ ਅੱਜ ਆਈ ਨਹੀਂ ਸੰਡੇ ਦਾ ਕਰਕੇ, ਅਸੀਂ ਸੰਡੇ ਵਾਲੇ ਦਿਨ ਆ ਗਏ। ਕਈ ਨਾਮ ਹੈ, ਤੁਹਾਨੂੰ ਬਾਅਦ 'ਚ ਮਿਲਵਾਵਾਂਗੇ, ਇੱਥੇ ਜ਼ਰੂਰ ਲੈ ਕੇ ਆਵਾਂਗੇ। ਇਹਨਾਂ ਨੇ ਦੇਖੋ ਪੋਲੀਥੀਨ ਦੇ ਅੰਦਰ ਪੌਦੇ ਵੀ ਲਾਏ ਆ। ਔਰ ਇੱਧਰ ਆ ਦਿਖਾਵਾਂ, ਇੱਥੋਂ ਨਰਸਰੀ 'ਚੋਂ ਲੈ ਕੇ ਆਇਆ ਪੌਦੇ। ਆ ਪੌਦੇ ਇੱਕ ਦਿਨ ਅਸੀਂ ਨਾਲ ਗਏ ਸੀ ਗੱਡੀ ਦੇ ਅੰਦਰ, ਪਿੱਪਲ ਹੈ ਕਾਫੀ। ਇਹਨਾਂ ਦਾ ਵਿਚਾਰ ਹੈ ਕਿ ਪਿੱਪਲ ਬਿਨਾਂ ਟਰੀ ਗਾਰਡ ਤੋਂ ਸੜਕਾਂ 'ਤੇ ਹੁੰਦੇ ਨਹੀਂ, ਸੋ ਇਹਨਾਂ ਨੇ ਇੱਥੇ ਪਿੱਪਲ ਲਾ ਕੇ ਉਹਨਾਂ ਨੂੰ ਵੱਡੇ ਕਰਕੇ ਤਾਂ ਕਿ ਟਰੀ ਗਾਰਡ ਦੀ ਪਹੁੰਚ ਤੋਂ ਉੱਤੇ ਹੋ ਜਾਣ, ਔਰ ਉਸ ਤੋਂ ਬਾਅਦ ਇਹਨਾਂ ਨੂੰ ਇੱਥੋਂ ਪੱਟ ਕੇ ਕਿਤੇ ਹੋਰ ਟ੍ਰਾਂਸਪਲਾਂਟ ਕਰਾਂਗੇ। ਆਹ ਵਿਚਾਰ ਕਰਕੇ ਇਹਨਾਂ ਨੇ ਇੱਥੇ ਪਿੱਪਲ ਲਿਆ ਕੇ ਰੱਖਿਆ। ਸੋ ਆਪਣੇ ਵਿਜੈਨਗਰ ਦੇ ਅੰਦਰ ਕਾਫੀ ਟੀਮਾਂ ਐਕਟਿਵ ਹੋ ਰਹੀਆਂ, ਇੱਕ ਨਹੀਂ ਬਹੁਤ ਟੀਮਾਂ ਐਕਟਿਵ ਹੋ ਰਹੀਆਂ, ਤੁਹਾਨੂੰ ਹੌਲੀ ਹੌਲੀ ਸਾਰਿਆਂ ਨਾਲ ਮਿਲਵਾਵਾਂਗੇ। ਬਹੁਤ ਹੀ ਤੇਜ਼ੀ ਨਾਲ ਪੌਦੇ ਲੱਗ ਰਹੇ ਆ, ਇੱਕ ਇੱਧਰ ਥੈਲੀਆਂ ਦੇ ਅੰਦਰ ਇਹਨਾਂ ਦੇ ਪੌਦੇ ਲਾਏ ਹੋਏ ਜੋ ਫੁਟਾਨ ਲੈ ਰਹੇ ਆ, ਉੱਗ ਗਏ ਆ, ਬਹੁਤ ਸਾਰੇ ਪੌਦੇ ਉੱਗ ਚੁੱਕੇ ਆ ਕਿਉਂਕਿ ਨਰਸਰੀਆਂ ਦੇ ਅੰਦਰ ਇਸ ਟਾਈਮ ਪੌਦੇ ਨਹੀਂ ਮਿਲ ਰਹੇ। ਬਹੁਤ ਲੋਕ ਐਕਟਿਵ ਹੋ ਗਏ, ਬਹੁਤ ਜ਼ਿਆਦਾ ਲੋਕ ਪੌਦੇ ਲਾ ਰਹੇ ਆ। 10 ਦਿਨਾਂ ਦੇ ਅੰਦਰ ਪੂਰੇ ਸਰਕਾਰੀ ਨਰਸਰੀਆਂ 'ਚੋਂ ਪੌਦੇ ਖਤਮ ਹੋ ਗਏ, ਸਿਰਫ 10 ਦਿਨਾਂ ਦੇ ਅੰਦਰ, ਜਿਹਦੇ 'ਚੋਂ ਸਾਨੂੰ 3 ਵਾਰ ਪੌਦੇ ਲਿਆਉਣ ਦਾ ਮੌਕਾ ਮਿਲਿਆ। ਅਸੀਂ 3 ਵਾਰ ਪੌਦੇ ਲੈਣ ਗਏ, 4ਵੀਂ ਵਾਰ ਅਸੀਂ ਗਏ ਤਾਂ ਪੌਦੇ ਖਤਮ ਸੀ।
ਸੋ ਜਿੰਨਾ ਵੀ ਵੀਰਾਂ ਦੇ ਜਗ੍ਹਾ ਹੈ ਘਰ 'ਚ, ਉਹ ਇਸ ਤਰੀਕੇ ਨਾਲ ਪੌਦੇ ਆਪਣੇ ਘਰ ਲਾ ਕੇ ਅਤੇ ਪਰਿਆਵਰਣ 'ਚ ਆਪਣਾ ਹਿੱਸਾ ਪਾ ਸਕਦੇ। ਆ ਸਰ ਨੇ ਬਹੁਤ ਅੱਛੇ ਪੌਦੇ ਲਾ ਰੱਖੇ ਡਾਕਟਰ ਸਾਹਿਬ ਨੇ, ਇੱਥੇ ਕਾਫੀ ਲੋਕ ਆਉਂਦੇ ਆ ਇਹਨਾਂ ਕੋਲ। ਉਹ ਤੁਹਾਨੂੰ ਫੋਟੋਆਂ ਦਿਖਾਵਾਂਗੇ, ਜਦੋਂ ਮੇਰੇ ਕੋਲ ਫੋਟੋਆਂ ਪਈਆਂ ਇਹਨਾਂ ਨੇ ਭੇਜੀਆਂ ਸੀ ਸਰ ਨੇ, ਬਟ ਅੱਜ ਅਸੀਂ ਦਿੱਤਾ ਸੀ ਟਾਈਮ ਉਹਨਾਂ ਨੂੰ ਥੋੜ੍ਹਾ ਜਲਦੀ, ਅੱਜ ਕਿਸੇ ਵਜ੍ਹਾ ਨਾਲ ਕੋਈ ਆਇਆ ਨਹੀਂ। ਸੋ ਆ ਪੌਦੇ ਤੁਸੀਂ ਦੇਖ ਸਕਦੇ ਹੋ ਕਿੰਨੇ ਕਿੰਨੇ ਵੱਡੇ ਹੋ ਗਏ ਆ, ਕੇਅਰ ਕੀਤੀ ਹੈ ਤਾਂ ਹੋਇਆ, ਵੈਸੇ ਨਹੀਂ ਹੋਏ। ਆ ਤੂਤ ਦਾ ਪੌਦਾ, ਇੱਧਰ ਹੋਰ ਸਾਰੇ ਬਹੁਤ ਸਾਰੇ ਪੌਦੇ ਆ, ਪਿੱਪਲ ਵੀ ਇਹਨਾਂ ਨੇ ਲਾ ਰੱਖੇ ਆ, ਪੂਰੀ ਹਰਿਆਲੀ ਕਰ ਰੱਖੀ ਹੈ। ਔਰ ਇਹ ਉਹ ਜਗ੍ਹਾ ਜਿਹੜੀ RCP ਕੁਆਟਰਾਂ ਦੇ ਬੈਕ ਸਾਈਡ, ਜਿੱਥੇ ਕਿ ਪਹਾੜੀ ਕਿੱਕਰਾਂ ਖੜੀਆਂ ਸੀਗੀਆਂ, ਜਿੱਥੇ ਕਚਰਾ ਸੀਗਾ ਹੈ ਨਾ, ਗੰਦਗੀ ਸੀ, ਇਹ ਉਹ ਜਗ੍ਹਾ ਇਹਨਾਂ ਨੇ ਸਾਫ਼ ਕਰਕੇ ਇੱਥੇ ਪੌਦੇ ਲਾਏ ਆ। ਬਹੁਤ ਹੀ ਚੰਗੀ ਗੱਲ ਹੈ। ਸੋ ਥੈਂਕ ਯੂ।